ਪੰਜਾਬ 'ਚ ਡੇਰਾਵੜ ਅਤੇ ਡੇਰਿਆਂ ਨੂੰ ਚਲਾਉਣ ਵਾਲੇ ਢੋਂਗੀ ਬਾਬਿਆਂ ਨੇ ਜਿਵੇਂ ਪੰਜਾਬ ਦਾ ਬੇੜਾ ਹੀ ਕਰ ਕੀਤਾ ਪਿਆ ਹੈ। ਹੁਣੇ ਤੁਹਾਡੇ ਸਾਹਮਣੇ ਪੁਲਿਸ ਹਿਰਾਸਤ 'ਚ ਖੜਾ ਢੋਂਗੀ ਬਾਬਾ ਹੈ, ਜਿਸ ਤੇ ਪੁਲਿਸ ਨੇ ਇੱਕ ਮਹਿਲਾ ਨਾਲ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਹ ਜਨਾਬ ਖੁਦ ਨੂੰ ਅਖਵਾਉਂਦੇ ਸੀ ਜੈ ਸਾਈ ਦਿਨੇਸ਼ ਸ਼ਾਹ ਕਾਦਰੀ ਜੀ, ਲੁਧਿਆਣੇ ਵਾਲੇ। ਬਰਨਾਲਾ ਦੇ ਪਿੰਡ ਫਤਿਹਗੜ੍ਹ ਛੰਨਾ 'ਚ ਆ ਸਾਹਮਣੇ ਬੋਰਡ ਲੱਗਿਆ ਵੇਖ ਲਓ, ਜਿੱਥੇ ਧਰਮ ਦੇ ਨਾਂ ਤੇ ਲੋਕਾਂ ਦਾ ਮਾਇੰਡ ਵਾਸ਼ ਕਰਕੇ ਕਿਵੇਂ ਇਸ ਬਾਬੇ ਨੇ 2 ਸਾਲਾਂ 'ਚ ਆਪਣਾ ਡੇਰਾ ਬਣਾਇਆ। ਤੇ ਜਨਾਬ ਕਹਿੰਦੇ ਸੀ ਕਿ ਆਖੇ ਮੈਂ ਡਾਕਟਰ ਹਾਂ, ਡਿਗਰੀਆਂ ਕੀਤੀਆਂ ਨੇ, ਪਰ ਉੱਥੇ ਤਾਂ ਹੱਦ ਹੀ ਹੋ ਗਈ। ਜਦੋਂ ਪੁਲਿਸ ਨੇ ਪਤਾ ਕੀਤਾ ਤਾਂ ਇਹ ਢੋਂਗੀ ਬਾਬਾ +2 ਪਾਸ ਨਿਕਲਿਆ ਤੇ ਉੱਥੇ ਇਸ ਬਾਬੇ ਦੀ ਮੀਡੀਆ ਅੱਗੇ ਜ਼ੁਬਾਨ ਨਹੀਂ ਨਿਕਲੀ। ਕਿੰਨੀ ਦੇਰ ਹੋ ਗਈ ਤੁਹਾਨੂੰ ਇਸ ਕੰਮ 'ਚ? 3 ਸਾਲ ਹੋ ਗਏ। ਕਿੱਥੇ ਕਿੱਥੇ ਡੇਰੇ ਲਾਏ ਖੋਲੇ ਸੀ? ਛੰਨਾ ਹੀ ਡੇਰਾ ਕਮੇਟੀ ਬਣਾਏ ਸੀਗੇ। ਤੁਸੀਂ ਕੀ ਕਰਦੇ ਸੀ, ਦੱਸਦੇ ਸੀ ਲੋਕਾਂ ਨੂੰ ਫਿਰ ਉੱਥੇ? ਲੋਕਾਂ ਨੂੰ ਤਾਂ ਕੁਛ ਨਹੀਂ ਦੱਸਦੇ ਸੀਗੇ। ਤੁਸੀਂ ਇਲਾਜ ਵੀ ਕਰਦੇ ਸੀ? ਨਹੀਂ ਸਰ। ਤੁਸੀਂ ਡਾਕਟਰ ਵੀ ਹੋ? ਹਾਂਜੀ। ਕਿੱਥੇ ਪੜ੍ਹੇ ਹੋ, ਕਿੱਥੇ ਡਾਕਟਰੀ ਕਰਦੇ ਹੋ? ਕਿੱਥੇ ਕੀ ਡਾਕਟਰੀ ਕਰਦੇ ਹੋ? ਗੁਰੂ ਨਰਸਿੰਘ ਹੋਮ 'ਚ। ਉੱਥੇ ਪਿੰਡ ਵਾਸੀਆਂ ਨੇ ਵੀ ਦੱਸਿਆ ਕਿ ਕਿਵੇਂ ਢੋਂਗੀ ਬਾਬਾ ਹਰ ਵੀਰਵਾਰ ਇੱਥੇ ਲੋਕਾਂ ਦਾ ਇਕੱਠ ਕਰਕੇ ਡੀਜੇ ਸਿਸਟਮ ਲਗਾਉਂਦਾ ਸੀ, ਜਿਸ ਨੂੰ ਇਹ ਲੋਕ ਚੌਂਕੀ ਆਖਦੇ ਸਨ। ਆ ਸੁਣ ਲਓ। ਇੱਥੇ ਜੀ ਇਹ ਪਹਿਲਾਂ ਤਾਂ ਨਹੀਂ ਕੁਛ ਹੈਗਾ ਜੀ, ਪਹਿਲਾਂ ਤਾਂ ਜ਼ਮੀਨ ਨਾਲ ਦੀ ਜ਼ਮੀਨ ਹੀ ਸੀ ਜੀ, ਅਤੇ ਉਦੋਂ ਬਾਅਦ 2 ਸਾਲ ਪਹਿਲਾਂ ਇਹ ਸਾਡੇ ਪਿੰਡ 'ਚ ਸਟਾਰਟਿੰਗ ਹੋਈ ਸੀ ਸੰਨਾ ਤੋਂ, ਅਤੇ ਉਹ ਫਿਰ ਪਿੰਡ ਸਟੇਜ ਵਗੈਰਾ ਲੱਗਦੀ ਹੁੰਦੀ ਸੀ, ਉੱਥੇ ਲੋਕ ਵੀਰਵਾਰ ਨੂੰ ਇਕੱਠ ਹੁੰਦਾ ਹੁੰਦਾ ਜੀ। ਫਿਰ ਹੌਲੀ ਹੌਲੀ ਇਹ ਜ਼ਮੀਨ ਖਰੀਦੀ ਗਈ, ਫਿਰ ਇੱਥੇ 2 ਸਾਲਾਂ ਬਾਅਦ ਡੇਰਾ ਸ਼ੁਰੂ ਹੋਇਆ ਬਣਨਾ, ਅਤੇ ਆਏ ਵੀਰਵਾਰ ਇੱਥੇ ਇਕੱਠ ਹੁੰਦਾ ਗਾ, ਅਤੇ ਮਿਊਜ਼ਿਕ ਸਿਸਟਮ ਜੋ ਡੀ ਜੇ ਲਾਉਂਦੇ ਨੇ ਆਪਦੇ ਚੌਂਕੀ ਕਹਿੰਦੇ ਨੇ ਇਹਨੂੰ, ਉਹ ਇੱਥੇ ਹੋ ਰਿਹਾ ਵੀ ਵੀਰਵਾਰ ਨੂੰ ਕਾਫੀ ਭਾਰਾ ਇਕੱਠ ਹੁੰਦਾ ਜੀ। ਉੱਥੇ ਪੁਲਿਸ ਨੇ ਇਸ ਢੋਂਗੀ ਬਾਬੇ ਨੂੰ ਗ੍ਰਿਫਤਾਰ ਕਰਕੇ ਇਸ ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਪਹਿਲਾਂ ਦੀ ਉਹ ਐਂ ਵੀ 2016 ਦੇ ਵਿੱਚ ਮੇਰਾ ਜਿਹੜਾ ਘਰ ਵਾਲਾ ਸੀ ਸ਼ਰਾਬੀ ਸੀਗਾ, ਉਹਦੇ ਘਰ ਵਾਲੇ ਲਗਾਉਣ ਲੱਗ ਗਿਆ ਹੈ। ਉਦੋਂ ਬਾਅਦ ਹੌਲੀ ਹੌਲੀ ਮੇਰੇ ਨਾਲ ਲਿਹਾਜ਼ ਪਾ ਲਿਆ, ਇਹਨੇ ਵੀ ਮੇਰੇ ਨਾਲ ਬਲਾਤਕਾਰ ਕਰਨ ਲੱਗਿਆ ਜੀ। ਨਹੀਂ ਨਹੀਂ ਪੜ੍ਹਿਆ ਨਹੀਂ ਗਿਆ, 2 ਕੀਤੀ ਹੋਈ ਇਹਦੀ, ਅਤੇ ਅਸੀਂ ਜਾ ਕੇ ਆ ਲੁਧਿਆਣੇ ਵੀ ਰੇਡ ਕਰਕੇ ਆ, ਉੱਥੇ ਦੇ ਜਿੱਥੇ ਦੁਕਾਨ ਆ ਦੁਕਾਨ ਦੇ ਉੱਪਰ ਦਿੱਤਾ ਹੋਇਆ ਸਿਰਫ ਉਹ ਤਾਂ ਡਾਕਟਰ ਲਿਖਿਆ ਹੋਇਆ, ਡਾਕਟਰ ਫਲਾਣਾ ਫਲਾਣਾ ਨਾਂ ਲਿਖਿਆ ਹੋਇਆ, ਪਰ ਡਾਕਟਰੀ ਮੈਡੀਕਲ ਗਰੁੱਪ ਛੱਡ ਦੋ, ਸਾਨੂੰ ਸਰਟੀਫਿਕੇਟ ਦਿੱਤਾ ਨਹੀਂ ਸਾਨੂੰ ਇਹਨਾਂ ਨੇ। ਥਾਂ ਥਾਂ 'ਤੇ ਡੇਰੇ ਬਣਾ ਕੇ ਲੋਕਾਂ ਨੂੰ ਧਰਮ ਦੇ ਨਾਂ 'ਤੇ ਠੱਗਣ ਵਾਲੇ ਬਾਬੇ ਕਿਤੇ ਨਾ ਕਿਤੇ ਭੁੱਲ ਜਾਂਦੇ ਨੇ ਕਿ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ, ਤੇ ਜਦੋਂ ਇਹਨਾਂ ਦੀਆਂ ਕਰਤੂਤਾਂ ਦੁਨੀਆ ਦੇ ਸਾਹਮਣੇ ਆਉਂਦੀਆਂ ਨੇ ਤਾਂ ਅੱਗਿਓਂ ਇਹਨਾਂ ਦੀ ਜ਼ੁਬਾਨ ਤੱਕ ਨਹੀਂ ਨਿਕਲਦੀ। ਬਰਨਾਲਾ ਤੋਂ ਬਾਲ ਕ੍ਰਿਸ਼ਨ ਗੋਇਲ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। Hey, you are watching Worldwide Superhit Punjabi Music Satellite TV channel. Balle Balle.